केंद्र सरकार की ओर से किसानों की मांगे न माने जाने पर एक बार फिर किसान संघर्ष का रास्ता अपना रहे हैं, जिसके चलते जहां आज पंजाब के अलग अलग जिलों में टोल प्लाजा फ्री किए गए हैं, वहीं किसानों की ओर से पठानकोट अमृतसर नेशनल हाईवे लतपालवा टोल प्लाजा भी आज एक से अगले एक महीने तक बंद कर दिया गया है, जिसमें किसी भी गाड़ी से अब टोल नहीं लिया जाएगा, जिसको लेकर किसानों ने केंद्र सरकार को चेतावनी भी दी है कि अगर केंद्र सरकार ने उनकी मांगे नहीं मानी तो आने वाले समय में वे अपना संघर्ष इससे भी ज्यादा और तीखा करेंगे। इस बारे में जब किसानों से बात की गई तो किसानों ने कहा कि उन्हें एक बार फिर से सड़कों पर उतरना पड़ रहा है, क्योंकि केंद्र सरकार ने उनकी मांगे नहीं मानी, जिस कारण उन्हें टोल प्लाजा पर धरना देना पड़ रहा है। जनाब, क्यों धरना आज दा, क्यों टोल प्लाजा जड़े हैगे पूरे पंजाब दे बंद करवाए जांदे? ए टोल प्लाजे जो सारा दिल्ली मोर्चा चलिया वा, जिन्ना मंगा नू विश्वास दे के सरकार ने साडा वो अंदोलन उत्थों उठाया, उन्हां मंगां तों सरकार अज बिल्कुल मुड़ के कोई मंग जी वो लागी नहीं की गई। साडे इत्थे 26 तरीक तों डीसी दफ्तरां दे दुआले घराओ किया गया, ਉੱਥੇ ਮੋਰਚੇ ਚੱਲਣ ਡੇ ਨੇ, ਅਜੇ ਵੀ ਉੱਥੇ ਚੱਲ ਰਹੇ ਨੇ ਮੋਰਚੇ, ਪਰ ਸਰਕਾਰ ਦਾ ਇਹਦੇ ਬਾਰੇ ਕੋਈ ਵੀ ਸਾਡੀ ਜਿਹੜੀ ਹੈ ਕੋਈ ਗੱਲ ਨਹੀਂ ਸੁਣੀ, ਚੱਜ ਨਾਲ ਕੋਈ ਕੇਂਦਰ ਸਰਕਾਰ ਜਿਹੜੀ ਹੈ ਉਹ ਵਧੀਆ ਤਰੀਕੇ ਨਾਲ ਸਾਡੀ ਗੱਲ ਨਹੀਂ ਸੁਣ ਰਹੀ, ਨਾ ਪੰਜਾਬ ਸਰਕਾਰ। ਜੋ ਸਾਡੀਆਂ ਮੰਗਾਂ ਨੇ 13 ਸੂਤਰੀ ਮੰਗ ਪੱਤਰ ਸਾਰੇ ਡੀਸੀ ਦਫ਼ਤਰ ਨੂੰ ਦਿੱਤਾ ਹੋਇਆ ਵਾ, ਪਰ ਉਹਦੇ 'ਤੇ ਕੋਈ ਗੌਰ ਨਹੀਂ ਕੀਤੀ ਜਾ ਰਹੀ। ਹੁਣ ਜਥੇਬੰਦੀ ਨੇ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਇਸ ਸੰਘਰਸ਼ ਨੂੰ ਹੋਰ ਤਿੱਖਿਆ ਕਰਦਿਆਂ ਹੋਇਆਂ ਜੋ ਇੱਕ ਮਹੀਨੇ ਵਾਸਤੇ 15 ਦਸੰਬਰ ਤੋਂ ਲੈ ਕੇ 15 ਜਨਵਰੀ ਤੱਕ ਦਾ ਜਿਹੜੀ ਕੌਲ ਹੈ ਉਹ ਸਾਨੂੰ ਦਿੱਤੀ ਹੈ ਕਿ ਅਸੀਂ ਜਿਹੜੇ ਇਹ ਸੜਕ ਇਹ ਰੋਡ ਨੇ ਇਹ ਟੋਲ ਫਰੀ ਕਰਾਉਣੇ ਨੇ। ਇਹ ਸਾਡੀ ਆਵਾਜ਼ ਸਰਕਾਰ ਦੇ ਕੰਨਾਂ 'ਤੇ ਪਹੁੰਚਾਉਣ ਦਾ ਇੱਕ ਜ਼ਰੀਆ ਵੈ, ਅਸੀਂ ਇੱਥੇ ਆਪਣੀ ਆਵਾਜ਼ ਲੈ ਕੇ ਇੱਥੇ ਪਹੁੰਚੇ ਹਾਂ। ਜਥੇਬੰਦੀ ਦੇ ਸੱਦੇ ਅਤੇ ਸੰਦੇਸ਼ ਦੇ ਅਨੁਸਾਰ ਜਿੰਨਾ ਚਿਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਉਨਾ ਚਿਰ ਇੱਦਾਂ ਹੀ ਸੰਘਰਸ਼ ਕਰਦੇ ਰਹਾਂਗੇ। ਸਾਨੂੰ ਜਿਸ ਤੱਕ ਲੱਗਦਾ ਕਿ ਸਰਕਾਰ ਨੇ ਫਿਰ ਜਿਸ ਤਰੀਕੇ ਨਾਲ ਸਰਕਾਰ ਮੁਕਰਨ ਰਹੀ ਹੈ ਨਾ ਦਿੱਲੀ ਵਾਲੇ ਸੰਘਰਸ਼ ਨੂੰ ਫਿਰ ਲਾਗੂ ਕਰਵਾ ਲੈਣਾ। ਅਸੀਂ ਚਾਹੁੰਦੇ ਹਾਂ ਕਿ ਸਾਡੇ MSP ਦੀ ਗਰੰਟੀ ਹੈ, 23 ਫਸਲਾਂ ਦੀ ਜੋ ਗਰੰਟੀ ਕਾਨੂੰਨ ਹੈ ਉਹ ਲਾਗੂ ਕੀਤਾ ਜਾਵੇ, ਬਿਜਲੀ ਸੋਧ ਬਿੱਲ ਹੈ ਉਹ ਲਾਗੂ ਕੀਤਾ ਜਾਵੇ, ਲਖੀਮਪੁਰ ਲਖੀਰੀਆਂ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਮੰਤਰੀ ਪਦ ਤੋਂ ਬਰਖਾਸਤ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਜਾਵੇ ਜੋ ਕਿਸਾਨਾਂ ਦੇ ਕਾਤਲ ਨੇ। ਜੋ ਸਾਡੇ ਇੱਥੇ ਪਾਣੀ ਦੇ ਮਸਲੇ ਨੇ, ਸਾਡਾ ਹਵਾ ਪਾਣੀ ਖਰਾਬ ਕੀਤਾ ਜਾ ਰਿਹਾ, ਨਹਿਰੀ ਪਾਣੀ ਸਾਨੂੰ ਦਿੱਤਾ ਨਹੀਂ ਜਾ ਰਿਹਾ, ਉਹ ਬਾਹਰ ਦਿੱਤਾ ਜਾ ਰਿਹਾ ਪੰਜਾਬ ਦਾ ਪਾਣੀ, ਜਿਹੜੇ ਸਾਡੇ ਨਾਲ ਦੀ ਨਾਲ ਜੋ ਫੈਕਟਰੀਆਂ ਅਤੇ ਹੋਰ ਇੰਡਸਟਰੀਆਂ ਵੱਲੋਂ ਜ਼ਮੀਨ ਦੇ ਹੇਠਾਂ ਬੋਰ ਕਰਕੇ ਗੰਦਾ ਪਾਣੀ ਜਿਹੜਾ ਥੱਲੇ ਪਾਇਆ ਜਾ ਰਿਹਾ, ਉਹਦੇ 'ਚ ਕੋਈ ਸਰਕਾਰ ਜਥੇਬੰਦੀ ਕੰਮ ਕਰਦੀ ਹੈ ਪਰ ਸਰਕਾਰ ਕੋਈ ਐਕਸ਼ਨ ਨਹੀਂ ਉੱਤੇ ਲੈਂਦੀ। ਉਹ ਤੇ ਦੋਸ਼ ਸਿਰਫ ਤੇ ਸਿਰਫ ਕਿਸਾਨਾਂ ਨੂੰ, ਕਿਸਾਨਾਂ ਨੇ ਪਾਣੀ ਖਤਮ ਕਰ ਦਿੱਤਾ, ਕਿਸਾਨਾਂ ਨੇ ਪਾਣੀ ਗੰਦਲਾ ਕਰ ਦਿੱਤਾ, ਪ੍ਰਦੂਸ਼ਿਤ ਕਰ ਦਿੱਤਾ। ਪਰ ਜੇ ਸਰਕਾਰ ਸਾਨੂੰ ਨਹਿਰਾਂ ਦਾ ਪਾਣੀ ਦੇਵੇ ਤਾਂ ਅਸੀਂ ਕਿਉਂ ਜਿਹੜਾ ਵਾ ਸਾਡਾ ਵਾਟਰ ਲੈਵਲ ਡਾਊਨ ਹੋਵੇ, ਜਾਂ ਸਾਨੂੰ ਝੋਨੇ ਦੀ ਥਾਂ 'ਤੇ ਕੋਈ ਹੋਰ ਫਸਲ ਦੇਵੇ ਤਾਂ ਅਸੀਂ ਝੋਨਾ ਲਾਉਣਾ ਛੱਡ ਦਿੰਦੇ ਹਾਂ ਤਾਂ ਪਾਣੀ ਦਾ ਵੀ ਜਿਹੜਾ ਹੱਲ ਹੈ ਹੋ ਜਾਂਦਾ, ਪਰ ਸਰਕਾਰ ਉਸ ਪਾਸੇ ਨਹੀਂ ਆਉਂਦੀ, ਸਰਕਾਰ ਆਪਣੀ ਜਿੱਦ 'ਤੇ ਅੜੀ। ਹਿਮਾਚਲ ਮੇਂ ਚੁਣਾਵੋਂ ਕੀ ਬਿਹਤਰੀਨ ਕਵਰੇਜ ਕੇ ਬਾਅਦ ਅਬ ਪੰਜਾਬ ਔਰ ਜੰਮੂ ਕਸ਼ਮੀਰ ਮੇਂ ਆ ਰਹੇ ਹੈਂ ਹਮ। ਆਪਕੀ ਉਮੀਦੋਂ ਪਰ ਖਰਾ ਉਤਰਨੇ ਕੀ ਕੋਸ਼ਿਸ਼ ਕਰੇਂਗੇ ਹਮ। ਆਪਕੀ ਆਵਾਜ਼ ਕੋ ਪ੍ਰਸ਼ਾਸਨ ਤੱਕ ਪਹੁੰਚਾਏਂਗੇ ਹਮ। ਕਿਸੇ ਵੀ ਸਮੱਸਿਆ ਜਾਂ ਪਰੇਸ਼ਾਨੀ ਕੇ ਲਈ ਨੀਚੇ ਦਿਏ ਗਏ ਨੰਬਰ ਪਰ ਸੰਪਰਕ ਕਰੇਂ। ਹਮ ਹੈ AMI ਨਿਊਜ਼, ਆਪਕੀ ਆਵਾਜ਼। ਆਪਕੀ ਆਵਾਜ਼।